ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਨਮਸਕਾਰ ਦੋਸਤੋ, ਮੈਂ ਅਮਰਜੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਸੇ ਲਗਾਤਾਰ ਇਸ ਚੈਨਲ ਕੇ ਜ਼ਰੀਏ ਕੋਸ਼ਿਸ਼ ਰਹਿਤੀ ਹੈ ਲੇਟੈਸਟ ਇੰਪੋਰਟੈਂਟ ਅਪਡੇਟ ਆਪਸੇ ਸ਼ੇਅਰ ਕਰਦੇ ਹਾਂ। ਸੋ ਆਜ ਮੈਂ ਜੰਮੂ ਆਫਿਸ ਸੇ ਵਾਪਸ ਆ ਰਹਾ ਥਾ ਤੋ ਇੰਪੋਰਟੈਂਟ ਇਨਫੋਰਮੇਸ਼ਨ ਮੁਝੇ ਲਗਾ ਕਿ ਸ਼ੇਅਰ ਕਰ ਦੇਣੀ ਚਾਹੀਏ, ਕਹੀਂ ਸੈਮੀਨਾਰਸ ਕੇ ਬੀਚ ਮੇਂ ਲੌਸਟ ਨਾ ਹੋ ਜਾਏ। ਹਮਾਰੇ ਸੈਮੀਨਾਰਸ ਲਗਾਤਾਰ ਚੱਲ ਰਹੇ ਹੈਂ। ਆਜ ਮੈਂ ਹੁਸ਼ਿਆਰਪੁਰ ਆਫਿਸ ਹੂੰ, ਕੱਲ੍ਹ ਮੋਗਾ ਆਫਿਸ ਰਹੂੰਗਾ, ਉਸਕੇ ਬਾਅਦ ਲੁਧਿਆਣਾ, ਬਠਿੰਡਾ। ਡੇਟਸ ਆਪ ਸਕਰੀਨ ਪੇ ਦੇਖ ਪਾ ਰਹੇ ਹੈਂ, ਅਪੋਇੰਟਮੈਂਟਸ ਆਪ ਟੀਮ ਸੇ ਲੈ ਸਕਤੇ ਹੈਂ ਔਰ ਮੇਰੇ ਸੇ ਪਰਸਨਲੀ ਡਾਇਰੈਕਟ ਮਿਲ ਸਕਤੇ ਹੈਂ। ਕੈਨੇਡਾ ਕੇ ਅੰਦਰ ਅਬ ਜੋ ਨਿਆ ਪੰਗਾ ਸ਼ੁਰੂ ਹੁਆ ਹੈ ਵੋ ਯੇ ਹੁਆ ਹੈ ਕਿ ਪ੍ਰਾਈਵੇਟ ਕਾਲਜਿਸ ਕਾ ਜੋ ਮੇਲਾ ਲਗਾ ਹੁਆ ਥਾ ਵੋ ਅਬ ਖਤਮ ਹੋ ਗਿਆ ਹੈ। ਜੀ ਹਾਂ, ਜੋ ਵੀਜ਼ਾ ਸਕਸੈਸ ਰੇਟ ਬੱਚੋਂ ਕੋ ਪਿਛਲੇ ਕਾਫੀ ਸਮੇਂ ਸੇ ਪ੍ਰਾਈਵੇਟ ਕਾਲਜ ਕੇ ਅੰਦਰ ਦਿਖ ਰਹੇ ਥੇ ਵੋ ਅਬ ਉਨ੍ਹੇ ਨਹੀਂ ਮਿਲ ਰਹੇ ਹੈਂ। ਅਬ ਪ੍ਰਾਈਵੇਟ ਕਾਲਜਿਸ ਕੇ ਅੰਦਰ ਜ਼ਿਆਦਾਤਰ ਰਿਫਿਊਜ਼ਲ ਰਿਜ਼ਲਟਸ ਦੇਖਣੇ ਕੋ ਮਿਲ ਰਹੇ ਹੈਂ। ਸੋ ਅਬ ਜੋ ਬੱਚੇ ਅਪਲਾਈ ਕਰਨਾ ਚਾਹੇਂਗੇ ਵੋ ਥੋੜ੍ਹਾ ਧਿਆਨ ਸੇ ਅਪਲਾਈ ਕਰੇਂ, ਅੱਛੇ ਕਾਲਜਿਸ ਕੀ ਸਿਲੈਕਸ਼ਨ ਕਰੇਂ, ਕਿਉਂਕਿ ਜਿਨ੍ਹੋਂਨੇ ਇਹ ਬੈਨੀਫਿਟ ਲੈਣਾ ਥਾ ਉਹਨਾਂ ਨੇ ਲੈ ਲਿਆ, ਕੁਛ ਲੇਟ ਹੋ ਗਏ ਔਰ ਕੁਛ ਨੇ ਅਭੀ ਤੱਕ ਨਹੀਂ ਲਿਆ ਥਾ। ਲੇਕਿਨ ਆਪ ਆਪਣੇ ਲਈ ਇੱਕ ਬਿਹਤਰ ਡਿਸੀਜਨ ਲੈ ਸਕੇਂ, ਆਪਕੇ ਲਈ ਇਸਕੇ ਲਈ ਆਪਕੋ ਇਹ ਬਤਾਨਾ ਜ਼ਰੂਰੀ ਹੈ ਕਿ ਆਜ ਕੇ ਹਾਲਾਤ ਕਿਆ ਚੱਲ ਰਹੇ ਹੈਂ। ਆਪਣੇ ਕਾਲਜ ਕੀ ਸਿਲੈਕਸ਼ਨ ਅੱਛੇ ਸੇ ਕਰੇਂਗੇ ਤੋ ਕੈਨੇਡਾ ਜਾਣੇ ਕਾ ਆਪਣਾ ਸੁਪਨਾ ਪੂਰਾ ਕਰ ਸਕੇਂਗੇ। ਬ੍ਰੌਡਵੇ ਕੇ ਜ਼ਰੀਏ ਆਗੇ ਵੀ ਲੇਟੈਸਟ ਇੰਪੋਰਟੈਂਟ ਅਪਡੇਟ ਆਪਸੇ ਸ਼ੇਅਰ ਕਰਤਾ ਰਹੂੰਗਾ। ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਸਤਿ ਸ਼੍ਰੀ ਅਕਾਲ ਦੋਸਤੋ, 2024 ਵੀਜ਼ਾ ਸੈਸ਼ਨ ਸਾਲ ਚੜ੍ਹਦੇ ਤਿੰਨੋਂ ਵੱਡੀਆਂ ਕੰਟਰੀਜ਼ ਆਪਣੇ ਕਾਨੂੰਨ ਬਦਲ ਚੁੱਕੀਆਂ ਨੇ, ਕੈਨੇਡਾ, UK, ਆਸਟ੍ਰੇਲੀਆ। ਸੋ ਕਿੱਦਾਂ ਹੁਣ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ 2024 ਦੇ ਵਿੱਚ, ਇਸ ਸੈਸ਼ਨ ਦੇ ਵਿੱਚ ਇਹੀ ਡਿਸਕਸ ਹੋਏਗਾ। ਇਸ ਸੈਸ਼ਨ 'ਚ ਜ਼ਰੂਰੀ ਨਹੀਂ ਹੈ ਤੁਸੀਂ ਸਾਡੇ ਕੋਲੋਂ ਅਪਲਾਈ ਕਰੋ, ਅਪਲਾਈ ਉੱਥੇ ਕਰੋ ਜਿੱਥੇ ਤੁਹਾਡਾ ਵਿਸ਼ਵਾਸ ਹੈ, ਪਰ ਇਹ ਸੈਸ਼ਨ ਅਟੈਂਡ ਕਰੋ ਤਾਂ ਕਿ ਤੁਸੀਂ ਸਹੀ ਕਾਨੂੰਨ ਨੂੰ ਸਮਝ ਸਕੋ ਅਤੇ ਉਹਦੇ ਅਕੋਰਡਿੰਗ ਆਪਣੇ ਡਿਸੀਜਨਸ ਲੈ ਸਕੋ। ਟੀਮ ਨੂੰ ਕਾਲ ਕਰਕੇ ਆਪਣੀਆਂ ਅਪੁਆਇੰਟਮੈਂਟਸ ਤੁਸੀਂ ਦਿੱਤੀ ਗਈ ਡੇਟਸ ਦੇ ਅਨੁਸਾਰ ਬਣਾ ਸਕਦੇ। ਸੋ 8 ਜਨਵਰੀ ਨੂੰ ਅੰਮ੍ਰਿਤਸਰ, 9 ਨੂੰ ਮਿਲਾਂਗੇ ਜਲੰਧਰ, 10 ਤਰੀਕ ਨੂੰ ਗੁਰਦਾਸਪੁਰ ਅਤੇ 11 ਨੂੰ ਜੰਮੂ ਆਫਿਸ, 12 ਤਰੀਕ ਨੂੰ ਹੁਸ਼ਿਆਰਪੁਰ ਅਤੇ 13 ਨੂੰ ਮੋਗਾ ਆਫਿਸ ਮਿਲਾਂਗੇ। ਸੋ 15 ਨੂੰ ਮਿਲਾਂਗੇ ਲੁਧਿਆਣੇ, 16 ਨੂੰ ਮਿਲਾਂਗੇ ਬਠਿੰਡੇ, 17 ਨੂੰ ਮਿਲਾਂਗੇ ਪਟਿਆਲੇ ਸ਼ਹਿਰ ਅਤੇ 18 ਤਰੀਕ ਨੂੰ ਮੋਹਾਲੀ ਆਫਿਸ। ਇਸ ਤੋਂ ਬਾਅਦ ਸੈਮੀਨਾਰ ਐਂਟਰ ਹੋਊਗਾ ਸਾਡੇ ਹਰਿਆਣੇ ਦੇ ਵਿੱਚ। ਸੋ 19 ਤਰੀਕ ਨੂੰ ਅੰਬਾਲੇ, 20 ਨੂੰ ਮਿਲਾਂਗੇ ਕਰਨਾਲ, 21 ਨੂੰ ਕੁਰੂਕਸ਼ੇਤਰ ਅਤੇ 22 ਨੂੰ ਕੈਥਲ, 23 ਨੂੰ ਦਿੱਲੀ ਹੋ ਕੇ ਫਿਰ ਮਿਲਾਂਗੇ ਗੁਜਰਾਤ 24 ਤਰੀਕ ਨੂੰ। ਸੋ ਟੀਮ ਨਾਲ ਆਪਣੀ ਅਪੁਆਇੰਟਮੈਂਟ ਅੱਜ ਹੀ ਫਿਕਸ ਕਰੋ, ਕਾਲ ਕਰੋ 90238 90238।